15 ਤੇ ਰੋਕਣਾ ਜੇ 15 ਲੀਟਰ ਤੇ ਇਹ ਵੇਖੋ ਇੱਕ ਮਿੰਟ ਰੁਕੋ ਜੋ ਰੁਕ ਜੋ ਇਹ ਜੀ ਨੋਜ਼ਲ ਖਾਲੀ ਤੇ ਪੈਟਰੋਲ ਫਿਰ ਚੱਲ ਗਿਆ ਜੀ ਅੱਗੇ ਹੁਣ ਦੱਸੋ ਕਿੰਨੀ ਦੇਰ ਚਲੋ 15 ਮਿੰਟ ਚ ਤੇਲ ਪਾਇਆ ਮੈਨੂੰ ਦੱਸੋ ਨਾ ਪੈਟਰੋਲ ਉਹਦੇ ਵਿੱਚ ਕੀ ਹੈ ਗੱਡੀ ਚ ਪੈਟਰੋਲ ਪੈ ਗਿਆ ਬਿਲਕੁਲ ਇਹੀ ਚੈੱਕ ਕਰ ਲਿਆ ਮੈਂ ਇੱਥੇ ਹੀ ਚੈੱਕ ਕਰ ਲਿਆ ਭਾਈ ਇੱਥੇ ਹੀ ਚੈੱਕ ਕਰ ਲਿਆ ਸਾਰਾ ਤੇਲ ਪੈਂਦਾ ਵੀ ਹਾਰ ਬਿਲਕੁਲ ਚੈੱਕ ਕਰ ਲਿਆ ਮੈਂ ਬਿਲਕੁਲ ਚੈੱਕ ਕਰ ਤਸੱਲੀ ਨਾਲ ਚੈੱਕ ਹੋ ਗਿਆ ਹੁਣ ਮੇਰਾ ਪੰਦਰਾਂ ਲੀਟਰ ਪੈ ਗਿਆ ਤੇ 15 ਲੀਟਰ ਜਦੋਂ ਘੱਟ ਪਿਆ ਜਿਹੜਾ 100 ਰੁਪਏ ਦਾ ਤੇ ਫਰਕ ਆਇਆ ਉਹ 15 ਲੀਟਰ ਚ ਪੈਟਰੋਲ ਘੱਟ ਨਹੀਂ ਪਿਆ ਵੇਖੋ ਇਹਦੇ ਵਿੱਚ ਕੀ ਫਾਇਦਾ ਹੈ 15 ਲੀਟਰ ਪੈਟਰੋਲ ਪਾਇਆ 1306 ਰੁਪਏ ਦਾ 15 ਲੀਟਰ ਪੈਟਰੋਲ ਪਾਇਆ ਤੁਸੀਂ 1306 ਰੁਪਏ ਦਾ ਇੱਕ ਮਿੰਟ ਦੀ ਗੱਲ ਸਮਝਾਓ ਨਾ 1500 ਰੁਪਏ ਤੁਸੀਂ ਪੈਟਰੋਲ ਪਾਇਆ 1306 ਪਾਈ ਪੈਟਰੋਲ ਪਾਓ ਪੈਟਰੋਲ ਹਾਂਜੀ ਆਇਆ ਜੀ ਪੈਟਰੋਲ ਤੇ ਉੱਥੇ 44 ਚੱਲ ਗਿਆ ਫੁੱਦੂ ਬਣਾਉਂਦੇ ਪਏ ਲੋਕਾਂ ਨੂੰ ਨਹੀਂ ਲੋਕਾਂ ਨੂੰ ਫੁੱਦੂ ਬਣਾਉਂਦੇ ਪਏ ਹੋ ਨਹੀਂ ਲੋਕਾਂ ਨੂੰ ਫੁੱਦੂ ਬਣਾਉਂਦੇ ਪਏ ਹੋ ਉੱਥੇ 50 ਚੱਲ ਗਿਆ ਤੇ ਪੈਟਰੋਲ ਨਹੀਂ ਆਇਆ ਹਾਂ ਚਲਾਓ ਹਾਂ ਹੁਣ ਮਸ਼ੀਨ ਖਰਾਬ ਹੋ ਗਈ ਹੈ ਹਾਂਜੀ